ਸਤਿਕਾਰ ਯੋਗ ਅਧਿਆਪਕ ਸਾਹਿਬਾਨ, ਮੁੱਖ ਅਧਿਆਪਕ ਸਾਹਿਬਾਨ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ, ਮੈਂ 7ਵੀਂ ਜਮਾਤ ਵਿੱਚ ਪੜ੍ਹਦੀ ਹਾਂ, ਮੈਂ ਸਰਕਾਰੀ ਮਿਡਲ ਸਕੂਲ ਦੀ ਵਿਦਿਆਰਥਣ ਹਾਂ। ਮੇਰਾ ਅੱਜ ਦਾ ਵਿਸ਼ਾ ਹੈ ਆਜ਼ਾਦੀ ਦੇ 75 ਸਾਲ ਵਿੱਚ ਆਪਣੇ ਦੇਸ਼ ਵਿੱਚ ਕੀ ਕੁਝ ਬਦਲਾਵ ਆਇਆ। ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ, ਹਰ ਸਾਲ ਅਸੀਂ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਹਾਂ। ਇਸ ਦਿਨ 1947 ਈਸਵੀ ਵਿੱਚ ਅਸੀਂ ਅੰਗਰੇਜ਼ਾਂ ਦੀ ਲਗਭਗ 200 ਸਾਲ ਦੀ ਗੁਲਾਮੀ ਕੱਟਣ ਤੋਂ ਬਾਅਦ ਆਜ਼ਾਦੀ ਹਾਸਲ ਕੀਤੀ ਸੀ। ਆਜ਼ਾਦੀ ਮਿਲਣ ਸਮੇਂ ਦੇਸ਼ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਸੀ, ਭਾਰਤ ਅਤੇ ਪਾਕਿਸਤਾਨ। ਆਜ਼ਾਦੀ ਮਿਲਣ ਸਮੇਂ ਅਨੇਕਾਂ ਦੇਸ਼ ਭਗਤਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀ। ਆਜ਼ਾਦੀ ਸਾਡੇ ਲਈ ਇੱਕ ਉਹ ਕੀਮਤੀ ਤੋਹਫ਼ਾ ਹੈ ਜਿਸ ਦਾ ਕੋਈ ਮੁੱਲ ਨਹੀਂ ਲਗਾ ਸਕਦਾ। ਅੰਗਰੇਜ਼ ਆਜ਼ਾਦੀ ਲਈ ਬਹੁਤ ਰਾਸ਼ਟਰੀ ਅਤੇ ਖੇਤਰੀ ਅੰਦੋਲਨ ਚੱਲੇ। ਇਹਨਾਂ ਅੰਦੋਲਨਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ ਵਾਸੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਅੰਗਰੇਜ਼ਾਂ ਨੇ ਭਾਰਤੀਆਂ ਦਾ ਬਹੁਤ ਸ਼ੋਸ਼ਣ ਕੀਤਾ, ਉਹਨਾਂ ਦੇ ਜ਼ੁਲਮਾਂ ਦਾ ਨਤੀਜਾ ਆਜ਼ਾਦੀ ਦੀ ਪਹਿਲੀ ਲੜਾਈ 1857 ਈਸਵੀ ਦਾ ਵਿਦਰੋਹ ਸੀ। ਸਾਡੇ ਨੌਜਵਾਨ ਫੌਜੀ ਪਹਿਲਾਂ ਵੀ ਲੜਦੇ ਹਨ ਅਤੇ ਲੜਦੇ ਰਹਿਣਗੇ। ਸਾਡੇ ਨੌਜਵਾਨ ਫੌਜੀ ਰਾਤਾਂ ਨੂੰ ਆਪ ਜਾਗਦੇ ਅਤੇ ਉਹਨਾਂ ਕਾਰਨ ਅਸੀਂ ਖੁਸ਼ੀ ਨਾਲ ਸੌਂਦੇ ਹਾਂ। ਅਸੀਂ ਉਹਨਾਂ ਕਾਰਨ ਸੌਖੀ ਜ਼ਿੰਦਗੀ ਜੀ ਰਹੇ ਹਾਂ। ਹਰ ਮਨੁੱਖ ਸੁਤੰਤਰਤਾ ਜੀਵਨ ਜਿਉਣ ਦੀ ਇੱਛਾ ਰੱਖਦਾ ਹੈ, ਪਰ ਉਹ ਸੁਤੰਤਰ ਦਾ ਆਨੰਦ ਤਾਂ ਹੀ ਮਾਣ ਸਕਦਾ ਹੈ ਜੇਕਰ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ, ਕਿਸੇ ਵੀ ਗੁਲਾਮ ਦੇਸ਼ ਦਾ ਨਾਗਰਿਕ ਨਾ ਹੋਵੇ। ਹਰ ਮਨੁੱਖ ਪਿੰਜਰੇ ਵਿੱਚ ਬੰਦ ਪੰਛੀ ਦੀ ਤਰ੍ਹਾਂ ਹੈ ਜੋ ਫੜਫੜਾ ਤਾਂ ਸਕਦਾ ਹੈ ਪਰ ਆਸਮਾਨ ਵਿੱਚ ਉਡਾਰੀਆਂ ਨਹੀਂ ਮਾਰ ਸਕਦਾ। ਇਸ ਦਿਨ ਯਾਦ ਆਉਂਦੇ ਹੀ ਸਾਡਾ ਸਿਰ ਆਪਣੇ ਆਪ ਹੀ ਝੁਕ ਜਾਂਦਾ ਹੈ, ਕਿਉਂਕਿ ਸਾਡੇ ਸ਼ਹੀਦਾਂ ਨੇ ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ, ਫਾਂਸੀਆਂ 'ਤੇ ਚੜ੍ਹੇ। ਆਖਿਰ ਵਿੱਚ ਸ਼ਹੀਦਾਂ ਦਾ ਖੂਨ ਰੰਗ ਲੈ ਕੇ ਆਇਆ ਅਤੇ ਆਜ਼ਾਦੀ ਦਾ ਸੂਰਜ ਚੜ੍ਹ ਗਿਆ। ਸਾਡਾ ਕਰਤੱਵ ਹੈ ਕਿ ਅਸੀਂ ਆਪਣੇ ਦੇਸ਼ ਦਾ ਨਾਮ ਉੱਚਾ ਕਰੀਏ। ਸਾਡੇ ਦੇਸ਼ ਵਿੱਚ ਬਹੁਤ ਕੁਝ ਬਦਲਾਵ ਆ ਗਿਆ ਹੈ, ਸਾਡੇ ਰਹਿਣ ਸਹਿਣ, ਖਾਣ ਪੀਣ, ਬੋਲਣ ਆਦਿ ਦਾ ਵੀ ਬਹੁਤ ਕੁਝ ਬਦਲਾਵ ਆ ਗਿਆ ਹੈ। ਸਾਡੇ ਪਹਿਲਾਂ ਵਾਲੇ ਜ਼ਮਾਨੇ ਵਿੱਚ ਚਿੱਠੀ ਭੇਜਣ ਵਾਸਤੇ ਵੀ ਡਾਕੀਏ ਨੂੰ ਬੁਲਾਇਆ ਜਾਂਦਾ ਸੀ ਅਤੇ ਡਾਕੀਆ 2 ਮਹੀਨੇ ਵਿੱਚ ਚਿੱਠੀ ਪਹੁੰਚਾਉਂਦਾ ਸੀ। ਹੁਣ ਆਪਾਂ ਕਿਤੇ ਵੀ ਆ ਜਾ ਸਕਦੇ ਹਨ ਅਤੇ ਕੋਈ ਵੀ ਚੀਜ਼ ਪਹੁੰਚਾ ਸਕਦੇ ਹਨ। ਪਹਿਲਾਂ ਵਾਲੇ ਜ਼ਮਾਨੇ ਵਿੱਚ ਕੋਈ ਵੀ ਸਾਧਨ ਨਹੀਂ ਹੁੰਦਾ ਸੀ ਅਤੇ ਹੁਣ ਬਹੁਤ ਸਾਧਨ ਹਨ, ਜਿਵੇਂ ਕਿ ਬੱਸਾਂ, ਟੈਲੀਵਿਜ਼ਨ, ਰੇਡੀਓ, ਮੋਟਰਸਾਈਕਲ, ਕਾਰਾਂ, ਬਹੁਤ ਸਾਧਨ ਹਨ ਜਿਨ੍ਹਾਂ ਕਾਰਨ ਅਸੀਂ ਸਭ ਕੁਝ ਕਰ ਸਕਦੇ।